ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਆਪਾਂ ਪਿੰਡ ਖੋਸਾ ਰਣਧੀਰ ਤੋਂ ਚੱਲੇ ਹਾਂ ਪਿੰਡ ਕੰਡਿਆਲ ਵਿਖੇ, ਜ਼ਿਲ੍ਹਾ ਮੋਗਾ। ਅਤੇ ਉੱਥੋਂ ਦਾ ਜਿਹੜਾ ਗੁਰਦੁਆਰਾ ਸਾਹਿਬ ਆ, ਬਾਬਾ ਪਾਲਾ ਜੀ ਦਾ ਗੁਰਦੁਆਰਾ, ਬਹੁਤ ਹੀ ਇੱਕ ਵਧੀਆ ਗੁਰਦੁਆਰਾ ਵਾ। ਅਤੇ ਉੱਥੇ ਆਪਾਂ ਜਾ ਕੇ ਤੁਹਾਨੂੰ ਜਾਨਵਰ, ਪੰਛੀ, ਹੋਰ ਸੰਗਤ ਦੇ ਦਰਸ਼ਨ ਮੇਲੇ ਕਰਾਵਾਂਗੇ। ਅਤੇ ਬਣੇ ਰਹੋ ਵੀਡੀਓ ਦੇ ਨਾਲ, ਕਰਦੇ ਹਾਂ ਸਟਾਰਟ। ਦੋਸਤੋ, ਸੋਚਿਆ ਰਸਤੇ ਥੋੜ੍ਹਾ ਪੈਟਰੋਲ ਵੀ ਪਵਾ ਲਈਏ, ਬਾਅਦ ਮੌਸਮ ਅੱਧੇ ਘਰੇ ਰੁਕੂਗਾ ਤਾਂ ਖਰਾਬ ਹੋ ਸਕਦੇ। ਹਾਂਜੀ ਸੰਗਤ ਜੀ, ਹੁਣ ਆਪਾਂ ਬਾਬਾ ਜੀ ਦੇ ਗੁਰਦੁਆਰੇ ਵਿੱਚ ਆ ਗਏ ਹਾਂ। ਅਤੇ ਹੁਣ ਆਪਾਂ ਪਹਿਲਾਂ ਮੱਥਾ ਟੇਕਾਂਗੇ, ਉਸ ਤੋਂ ਬਾਅਦ ਫਿਰ ਜਿਹੜੇ ਪੰਛੀ ਜਾਨਵਰ ਆਪਾਂ ਤੁਹਾਨੂੰ ਉਹ ਦਿਖਾਵਾਂਗੇ, ਅਤੇ ਗੁਰੂ ਜੀ ਦਰਸ਼ਨ ਕਰਦੇ ਸਭ ਤੋਂ ਪਹਿਲਾਂ। ਹਾਂਜੀ ਦੋਸਤੋ, ਬਹੁਤ ਵੱਡੀ ਅਫਸੋਸ ਦੀ ਗੱਲ ਆ, ਮੇਰਾ ਨਾ ਮੈਕ ਟੁੱਟ ਗਿਆ, ਤੁਸੀਂ ਦੇਖ ਸਕਦੇ ਹੋ। ਅਤੇ ਮੈਂ ਇਹ ਜਿਹੜਾ ਟਾਈਮ ਲਿਆ ਸੀ ਉਦੋਂ 200 ਰੁਪਇਆ ਇਕੱਠਾ ਕਰਕੇ ਲਿਆ ਸੀਗਾ, ਅਤੇ ਕੋਈ ਯੂਟਿਊਬ 'ਤੇ ਸਕਸੈਸ ਤਾਂ ਪਾਈ ਨਹੀਂ, ਪਰ ਨੁਕਸਾਨ ਹੋ ਗਿਆ ਮੇਰਾ। ਚੱਲ ਕੋਈ ਗੱਲ ਨਹੀਂ, ਫਿਰ ਵੀ ਆਪਾਂ ਜੁੜੇ ਰਹਾਂਗੇ, ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ, ਭਾਵੇਂ ਨਫ਼ਾ ਹੋ ਜਾਵੇ ਨੁਕਸਾਨ ਹੋ ਜਾਵੇ, ਲੱਗੇ ਰਹਾਂਗੇ। ਅਤੇ ਹੁਣ ਦਿਖਾਉਂਦੇ ਹਾਂ ਆਪਾਂ ਤੁਹਾਨੂੰ ਪੰਛੀ, ਵਧੀਆ ਤੋਂ ਵਧੀਆ ਜਾਨਵਰ ਪੰਛੀ। ਬਾ ਬਣੇ ਰਹੋ ਵੀਡੀਓ ਦੇ ਨਾਲ, ਆ ਜਾਓ ਜੀ ਕਰਾਂਗੇ। ਹਾਂਜੀ ਸੰਗਤ ਜੀ, ਸਭ ਤੋਂ ਪਹਿਲਾਂ ਜਿਹੜੀਆਂ ਅਸੀਂ ਚੀਜ਼ਾਂ ਦੇਖੀਆਂ ਇੱਥੇ, ਉਹ ਸੀਗੀਆਂ ਸਾਨੂੰ ਬੱਕਤਾਂ। ਇਹ ਦੇਖੀਆਂ ਵਾ, ਇਹ ਵੀ ਸੰਤਾਂ ਵੱਲੋਂ ਰੱਖੀਆਂ ਗਈਆਂ ਇੱਥੇ, ਬਹੁਤ ਹੀ ਪਿਆਰੀਆਂ ਵਾ, ਕਾਫੀ ਜ਼ਿਆਦਾ ਵਾ, ਦੇਖ ਸਕਦੇ ਹੋ ਤੁਸੀਂ। ਹਾਂਜੀ ਦੋਸਤੋ, ਜੋ ਤੁਸੀਂ ਦੇਖ ਰਹੇ ਹੋ ਇਹ ਉੱਲੂ ਆ, ਜਿਹੜੇ ਰਾਤ ਨੂੰ ਜਾਗਦੇ ਹੁੰਦੇ ਆ, ਦਿਨੇ ਸੌ ਜਾਂਦੇ ਇਹ। ਇਹ ਸੰਤਾਂ ਵੱਲੋਂ ਇੱਥੇ ਰੱਖੇ ਗਏ ਆ, ਅਤੇ ਪਹਿਲਾਂ ਮੈਂ ਕਿਸੇ ਚਿੜੀਆ ਘਰ ਦੇ ਵਿੱਚ ਨਹੀਂ ਦੇਖੇ। ਇਹ ਬਹੁਤ ਹੀ ਪਿਆਰੇ ਦੋਨੋਂ ਬੈਠੇ ਆ, ਇਹ ਮੇਰੇ ਸਾਹਮਣੇ ਨਰ ਅਤੇ ਮਾਦਾ, ਇਹ ਦੋ ਜੋੜਾ। ਅਤੇ ਹੁਣ ਅਗਲੀ ਚੀਜ਼ ਜਿਹੜੀ ਤੁਹਾਨੂੰ ਦਿਖਾਉਣੀ ਹੈ, ਇੱਥੇ ਜਿਹੜੀਆਂ ਜਿਹੜੀਆਂ ਤੁਸੀਂ ਚਿੜੀਆਂ ਦੇਖ ਸਕਦੇ ਹੋ, ਕਿੰਨਾ ਰੌਲਾ ਪੁੰਬਣਾ ਵਾ ਇਹ, ਹੈ ਨਾ, ਚੰਗੀਆਂ ਲੱਗਦੀਆਂ ਵਾ, ਬਹੁਤ ਸੰਗਤ ਦੇਖਣ ਹੁੰਦੀ ਦੂਰੋਂ ਦੂਰੋਂ, ਰੰਗ ਬਿਰੰਗੀਆਂ ਚਿੜੀਆਂ ਇਹ, ਬਹੁਤ ਹੀ ਵਧੀਆ ਵਧੀਆ। ਇਸ ਟਾਈਮ ਇਹ ਪੱਠੇ ਖਾਂਦੀਆਂ ਪਈਆਂ ਵਾ, ਤਾਂ ਜਿਹੜੇ ਇੱਥੇ ਸੇਵਾਦਾਰ ਉਹਨਾਂ ਵੱਲੋਂ ਇਹਨਾਂ ਨੂੰ ਪੱਠੇ ਪਾਏ ਗਏ ਆ।
ਹੋਰ ਵੀ ਕਈ ਤਰ੍ਹਾਂ ਦੇ ਦਾਣੇ ਬਹੁਤ ਕੁਛ ਰੱਖਿਆ ਹੁੰਦਾ ਉਹਨਾਂ ਨੂੰ। ਆਹੀ ਦੋਸਤ ਇੱਕ ਚਿੜੀ ਆ, ਇਹ ਜਿਵੇਂ ਨਾ ਕੋਈ ਘੁੱਗੀ ਨਹੀਂ ਹੁੰਦੀ ਜਿਵੇਂ ਜਿਹਨਾਂ ਨੂੰ ਆਪਾਂ ਘੁੱਗੀ ਕਹਿ ਦਿੰਦੇ ਹਾਂ, ਉਹਦੇ ਵਾਂਗੂ ਕੋਈ ਛੋਟਾ ਪੰਛੀ ਆ। ਇਹ ਵੀ ਬਹੁਤ ਵਧੀਆ ਵਾ, ਪਿਆਰੇ। ਇਹ ਇਸ ਟਾਈਮ ਝੋਨਾ ਚੁੱਕਦੇ ਪਏ ਆ, ਆਟਾ ਪਾਇਆ ਵਾ, ਪਾਣੀ ਪਾਇਆ ਵਾ। ਇਹ ਵੀ ਬਹੁਤ ਪਿਆਰੇ ਆ, ਵਧੀਆ ਵਧੀਆ ਜਾਨਵਰ ਪੰਛੀ ਇੱਥੇ ਰੱਖੇ ਗਏ ਆ। ਉਸ ਤੋਂ ਬਾਅਦ ਆ ਚੀਜ਼ ਦਾ ਇਹ ਬਿਲਕੁਲ ਛੋਟੀ ਆ, ਜਿਵੇਂ ਆਪਣਾ ਇੱਕ ਨਿੱਕਾ ਬਿਜੜਾ ਹੁੰਦਾ, ਇਹਨਾਂ ਨੂੰ ਫਰੈਂਟ ਕਹਿੰਦੇ ਆ ਮੇਰੇ ਹਿਸਾਬ ਨਾਲ। ਸਿੰਪਲ ਲੱਗਦੀ ਮੈਨੂੰ ਇਹ, ਥੋੜ੍ਹੀ ਬਹੁਤ ਨੌਲੇਜ ਆ ਆਪਾਂ ਨੂੰ, ਇੰਨੀ ਨੌਲੇਜ ਨਹੀਂ ਹੈਗੀ, ਪਰ ਦਿਖਾਵਾਂਗੇ ਸਾਰਾ ਕੁਛ। ਇਹ ਵੀ ਬਹੁਤ ਪਿਆਰੇ ਆ, ਫਰੈਂਟ ਆ ਮੇਰੇ ਹਿਸਾਬ ਨਾਲ ਇਹ। ਅਤੇ ਇਹ ਵੀ ਚੌਲ ਅਤੇ ਆਟਾ ਚੁਗਦੇ ਆ, ਕਾਫੀ ਸੋਹਣੇ ਆ। ਉਸ ਤੋਂ ਬਾਅਦ ਇੱਕ ਆਹ ਪੰਛੀ ਆ ਜਾਂਦਾ ਵਾ, ਇਹ ਪੰਛੀ ਵੀ ਰੱਖਿਆ ਗਿਆ ਵਾ। ਇਹ ਵੀ ਬਹੁਤ ਪਿਆਰੇ ਪਿਆਰੇ ਨੇ ਇੱਥੇ ਪੰਛੀ ਜਿਹੜੇ। ਅਤੇ ਇਹ ਸਾਹਮਣੇ ਉਹਨਾਂ ਦੇ ਬੱਚੇ ਆ, ਉਹ ਵੇਖੀ ਜਾਂਦੇ ਆ ਆਪਦੇ ਆਲੜੇ ਵਾਈ ਦੀ। ਕਾਫੀ ਪਿਆਰੇ ਨੇ ਬੱਚੇ, ਅਤੇ ਇਹਨਾਂ ਨੂੰ ਵੀ ਕਾਫੀ ਕੁਛ ਪਾਇਆ ਜਾਂਦਾ ਇੱਥੇ। ਖੁਰਾਕ ਜਿਹੜੀ ਇਹਨਾਂ ਦੀ ਡਾਇਟ ਜਿੰਨੀ ਵੀ ਹੁੰਦੀ ਆ, ਉੱਨੀ ਇਹਦੇ ਹਿਸਾਬ ਨਾਲ ਪਾਈ ਜਾਂਦੀ ਆ। ਉਸ ਤੋਂ ਬਾਅਦ ਆਹ ਆਉਂਦੀ ਆ, ਇਹ ਵੀ ਇੱਕ ਚਿੜੀ ਆ ਕਿਸੇ ਤਰ੍ਹਾਂ ਦੀ, ਨਿੱਕੀ, ਕਾਫੀ ਨਿੱਕਾ ਸਾਇਜ਼ ਆ, ਅਤੇ ਬਹੁਤ ਪਿਆਰੀ ਚਿੜੀ ਆ ਇਹਦੀ। ਤੁਸੀਂ ਦੇਖ ਸਕਦੇ ਹੋ ਕਿੰਨੇ ਪਿਆਰੇ ਪਿਆਰੇ ਜਾਨਵਰ ਸੰਤਾਂ ਵੱਲੋਂ ਇੱਥੇ ਰੱਖੇ ਗਏ ਨੇ। ਉਸ ਤੋਂ ਅੱਗੇ ਆ ਜਾਓ। ਹਾਂਜੀ ਦੋਸਤੋ, ਹੁਣ ਆਪਾਂ ਆ ਗਏ ਹਾਂ ਉਸ ਤੋਂ ਅਗਲਾ ਜਿਹੜਾ ਪਿੰਜਰਾ ਸੰਤਾਂ ਵੱਲੋਂ ਲਾਇਆ ਗਿਆ ਇੱਥੇ। ਇਹਦੇ ਵਿੱਚ ਵੀ ਕੋਈ ਤੋਤੇ ਆ ਮੇਰੇ ਹਿਸਾਬ ਨਾਲ, ਇਹਨਾਂ ਨੂੰ ਲਾਭ ਬੜੇ ਕਹਿੰਦੇ ਆ, ਰੰਗ ਬਿਰੰਗੇ। ਇਹ ਵੀ ਬਹੁਤ ਰੌਲਾ ਪਾਉਂਦੇ ਆ, ਬਹੁਤ ਪਿਆਰੇ ਆ। ਚੁੰਝ ਆ ਜਿਹੜੀ ਇਹਨਾਂ ਦੀ, ਬਿਲਕੁਲ ਤੋਤੇ ਵਾਂਗੂ ਹੀ ਆ, ਉਹੀ ਕਿਸਮ ਆ। ਅਤੇ ਇਹਨਾਂ ਦੇ ਵੀ ਖਾਣ ਦਾ ਇੰਤਜ਼ਾਮ ਪੂਰਾ ਕੀਤਾ ਗਿਆ, ਪਾਣੀ ਦਾ ਰਹਿਣ ਵਸੇਰਾ ਇਹਨਾਂ ਦਾ ਪੂਰਾ ਕੀਤਾ ਗਿਆ। ਕੱਟਣਾ ਇਹਨਾਂ ਨੇ ਕੋਕਟੇਲ ਆਏ, ਕੋਕਟੇਲ ਜਿਹੜੇ ਆਪਾਂ ਨੂੰ ਕਹਿੰਦੇ ਆ, ਇਹ ਉਹ ਚੀਜ਼ ਆ ਵੀ ਥੋੜ੍ਹੀ ਥੋੜ੍ਹੀ ਆਵਾਜ਼ ਕਰਦੇ ਆ, ਬਾਹਲੀ ਨਹੀਂ ਆਵਾਜ਼ ਕਰਦੇ। ਇਹਨਾਂ ਦੇ ਸਿਰ ਦੇ ਉੱਪਰ ਇੱਕ ਨਿੱਕੀ ਜਿਹੀ ਬੋਦੀ ਆ, ਬੋਦੀ ਬਣੀ ਹੋਈ ਸਿਰ ਦੇ ਉੱਪਰ। ਇਹ ਤੋਤੇ ਦੀ ਨਸਲ ਦੇ ਵਿੱਚੋਂ ਹੀ ਆਉਂਦੇ ਵੀ, ਇਹ ਸਾਰੇ ਜਿੰਨੇ ਵੀ ਇੱਥੇ ਪੰਛੀ ਰੱਖੇ ਬਾਹਰਲੇ ਪੰਛੀ ਆ, ਇਹ ਇੱਧਰ ਨਾਲ ਆ ਜਾਂਦੇ ਆ। ਇਹਨਾਂ ਨੂੰ ਕੁਛ ਹੈਗਾ ਤੁਹਾਨੂੰ? ਹਾਂਜੀ ਦੋਸਤੋ, ਜਿਹੜੇ ਆਹ ਤੋਤੇ ਆ, ਇਹ ਆਪਣੇ ਵਿੱਚ ਹੀ ਤਾਂ ਹੈ, ਜਿਹੜੇ ਆਪਣੇ ਇੱਥੋਂ ਵਾਲੇ ਦੇਸੀ ਤੋਤੇ ਹੁੰਦੇ ਆ, ਵਿੱਚ ਬਾਹਰਲੇ ਤੋਤੇ ਵੀ ਆ। ਇਹ ਪੁੱਠੇ ਲੌਂਕਦੇ ਜ਼ਿਆਦਾਤਰ, ਜਿਹੜੇ ਤੋਤੇ ਆ ਪੁੱਠੇ ਲੌਂਕਦੇ। ਇਹ ਹੁਣ ਕੁਛ ਖਾ ਰਹੇ ਨੇ, ਅਤੇ ਇਹ ਹੁਣ ਚੱਲ ਆਪਦੇ ਖਾਣ ਦੇ ਵਿੱਚ ਇਹ ਬਿਜ਼ੀ ਆ, ਅਤੇ ਨਹੀਂ ਤਾਂ ਇਹ ਵਾਹਿਗੁਰੂ ਵਾਹਿਗੁਰੂ ਵੀ ਬਹੁਤ ਵਧੀਆ ਕਹਿੰਦੇ ਆ। ਇੱਕ ਦੋ ਵਾਰ ਕਹਿ ਕੇ ਦੇਖਦੇ ਹਾਂ, ਜੇ ਕਹਿਣਗੇ ਤਾਂ ਵਾਹਿਗੁਰੂ 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 ਵਾਹਿਗੁਰੂ। ਹਾਂਜੀ ਦੋਸਤੋ, ਜਿਹੜੀ ਹੁਣ ਆਪਾਂ ਚੀਜ਼ ਦੇਖ ਰਹੇ ਹਾਂ, ਤਾਂ ਬਾਹਲੀ ਪਿਆਰੀ ਚੀਜ਼ ਹੈ, ਇਹਦਾ ਹੈਰਨ ਆ ਇਹ। ਤੁਸੀਂ ਦੇਖੇ ਨਹੀਂ ਹੋਣੇਗੇ, ਜਿਵੇਂ ਆਪਾਂ ਆਮ ਫਿਰਦੇ, ਅਤੇ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਇਹ ਹਿਰਨ। ਸੈਂਗੇ ਦੇ ਬਹੁਤ ਵੱਡੇ ਵੱਡੇ ਆ, ਇਹ ਇਕੱਲਾ ਹੀ ਇਹਦੇ ਵਿੱਚ ਰਹਿੰਦਾ ਜਿਹੜਾ। ਅਤੇ ਆ ਵੀ ਮਸਤੋਂ ਕੇ ਵੀ ਬੈਠਾ, ਬਹੁਤ ਵਧੀਆ ਸਿੰਘ ਸੁੰਬਲੇ ਵੇੜੀ ਬੈਠਾ ਪੂਰੇ ਇਹ ਚੋਬਰ। ਅਤੇ ਦੇਖ ਸਕਦੇ ਤੁਸੀਂ ਸਿੰਗਲ ਆ ਇਹ ਪੀ, ਇਹ ਵੀ ਪੂਰਾ ਮਤਲਬ ਇੱਥੇ ਆਪਦੀ ਖਾ ਪੀ ਕੇ ਵੀ ਬੈਠਾ, ਹੁਣ ਨਜ਼ਾਰੇ ਲੈ ਰਿਹਾ ਵਾ। ਹਾਂਜੀ ਦੋਸਤੋ, ਹੁਣ ਆਪਾਂ ਤੁਹਾਨੂੰ ਖਰਗੋਸ਼ ਦਿਖਾਉਂਦੇ ਹਾਂ, ਜਿਹਨਾਂ ਨੂੰ ਸਹੇ ਵੀ ਕਹਿੰਦੇ ਆ। ਅਤੇ ਇਹ ਵੇਖੋ ਤੁਸੀਂ, ਇਹ ਠੰਡ ਦੇ ਕਰਕੇ ਨਾ ਸਾਰੇ ਇਕੱਠੇ ਹੋ ਕੇ ਬਹਿ ਜਾਂਦੇ ਇੱਕ ਥਾਂ 'ਤੇ, ਫਿਰ ਇਹਨਾਂ ਨੂੰ ਠੰਡ ਨਹੀਂ ਲੱਗਦੀ। ਇੱਧਰ ਦਿਖਾਈ ਮੜੇ ਆਓ, ਆਹ ਤੁਸੀਂ ਦੇਖ ਰਹੇ ਹੋ ਕਿੰਨਾ ਇਹਨਾਂ ਦਾ ਝੁੰਡ ਆ, ਇਕੱਠੇ ਹੋ ਕੇ ਬੈਠੇ। ਇਹਦੇ ਨਾਲ ਇਹ ਨਿੱਘੇ ਹੋ ਕੇ ਰਹਿੰਦੇ ਆ, ਮਤਲਬ ਜੇ ਇੱਕ ਦੂਜੇ ਦੇ ਨਾਲ ਲੱਗ ਕੇ ਇਹਨੂੰ ਠੰਡ ਘੱਟ ਲੱਗਦੀ ਆ। ਇਹ ਵੀ ਕਾਫੀ ਵਧੀਆ ਇੱਥੇ, ਬਹੁਤ ਜ਼ਿਆਦਾ। ਹਾਂਜੀ ਦੋਸਤੋ, ਆਹ ਚੀਜ਼ ਜਿਹੜੀ ਤੁਸੀਂ ਦੇਖ ਰਹੇ ਹੋ, ਇਹ ਕਚੋਰ ਆ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ। ਅਤੇ ਇਹਨਾਂ ਜਿਹੜੇ ਨਾਲ ਆ ਚੂਹੇ, ਨਿੱਘੇ ਨਿੱਘੇ ਆ, ਚੂਹੇ ਵੀ ਕਹਿ ਦਿੰਦੇ ਇਹਨਾਂ ਨੂੰ, ਗਿਨੀ ਪਿਗ ਵੀ ਕਹਿ ਦਿੰਦੇ ਆ ਮੇਰੇ ਹਿਸਾਬ ਨਾਲ, ਉਹੀ ਸ਼ਾਇਦ ਮੈਨੂੰ ਲੱਗਦਾ ਵਾ। ਕਚੋਰ ਬਹੁਤ ਸੋਹਣੇ ਸੋਹਣੇ ਆ, ਅਤੇ ਨਾਲ ਇਹਦੇ ਇੱਕ ਵੱਡੇ ਵੱਡੇ ਜਿਹੜੇ ਕਚੋਰ ਰੱਖੇ ਹੋਏ ਆ, ਅਤੇ ਚੂਹੇ ਵੱਡੇ ਵੱਡੇ ਬਹੁਤ ਪਿਆਰੇ। ਇਹ ਵੀ ਕੁਛ ਖਾਈ ਜਾਂਦੇ ਆ, ਬਸ ਆਪਦਾ ਐਂਟਰਟੇਨਮੈਂਟ ਕਰ ਰਹੇ ਨੇ। ਹਾਂਜੀ ਦੋਸਤੋ, ਤੁਸੀਂ ਦੇਖ ਸਕਦੇ ਹੋ ਜਿਹੜਾ ਆਹ ਚੀਜ਼ ਆ ਨਾ, ਇਹਦਾ ਬੜਾ ਵੱਡਾ ਹੈ, ਪਤਾ ਨਹੀਂ ਕੀ ਇਹਦਾ ਨਾਂ, ਇਹਦਾ 15 ਘੱਟੋ ਘੱਟ 6 ਫੁੱਟ ਜਿੰਨੀ ਧੌਣ ਚੱਕ ਲੈਂਦਾ ਉੱਪਰ, ਇਹ ਅੱਖਾਂ ਇਹਦੀਆਂ ਬਹੁਤ ਵੱਡੀਆਂ ਵੱਡੀਆਂ, ਇਹਦੀ ਅੱਖਾਂ ਖਰਾਬ ਆ।
ਇਹਦੇ ਨਾਲ ਜਿਹੜੇ ਆਹ ਵਾ ਇਹ ਵੀ ਮੁਰਗੀ ਆ ਜਿਹੜੇ ਤੁਸੀਂ ਆਹ ਦੇਖ ਸਕਦੇ ਹੋ ਇਹ ਵੀ ਮੁਰਗੀ ਆ ਇਹ ਵੀ ਬਹੁਤ ਪਿਆਰੇ ਨੇ ਚਿੱਟੇ ਅਤੇ ਕਾਲੇ ਮੁਰਗੇ ਉਹ ਵੱਡੇ ਮੁਰਗੇ ਦਾ ਕੋਈ ਸਾਇਜ਼ ਆ ਕੋਈ ਵੀ ਉਸ ਨਸਲ ਦੇ ਵਿੱਚ ਹੀ ਆ ਕੋਈ ਇਹ ਵੀ ਬਹੁਤ ਪਿਆਰੇ ਆ ਨਰ ਮਾਦਾ ਹੀ ਹੁੰਦੇ ਸਾਰੇ ਤਕਰੀਬਨ ਇੱਥੇ ਆਹ ਬਹੁਤ ਵੱਡਾ ਜਿਹੜਾ ਪੰਜੀ ਤੁਸੀਂ ਲੱਤਾਂ ਦੇਖੋ ਤੁਸੀਂ ਕਿੰਨੀਆਂ ਕਿੰਨੀਆਂ ਮੋਟੀਆਂ ਵਾ ਦਿਖਾ ਪੂਰਾ ਗੂਮ ਕਰਕੇ ਇਹਦੇ ਪੰਜੇ ਕਿਹੜੇ ਕਿਹੜੇ ਆ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਜਾਨ ਕਿੰਨੀ ਹੋਊਗੀ ਇਹਦੇ ਵਿੱਚ ਪੂਰਾ ਮਤਲਬ ਜਾਨ ਦਾ ਹੁੰਦਾ ਪੰਛੀ ਇਹ ਵੀ ਇੱਕ ਹਾਂਜੀ ਦੋਸਤੋ ਤੁਸੀਂ ਆਹ ਦੇਖ ਸਕਦੇ ਹੋ ਇਹ ਵੀ ਬਿੱਲੀ ਆ ਇੱਕ ਜੱਤ ਵਾਲੀ ਬਿੱਲੀ ਆ ਇਹ ਬਹੁਤ ਵਧੀਆ ਪਿਆਰੀ ਹੈਗੀ ਬਿੱਲੀ ਆ ਇਹ ਪਰ ਇਹ ਲੱਗਦੀ ਕੁੱਤੇ ਵਾਂਗੂ ਇਹਦੇ ਜਿਵੇਂ ਦੋ ਆ ਜਿਹੜੇ ਇਹਦੇ ਕੁੱਤੇ ਵਾਂਗੂ ਆ ਇਹ ਵੀ ਤੁਸੀਂ ਦੇਖ ਸਕਦੇ ਆਹ ਕਾਲੇ 'ਚ ਆ ਜਾਂਦੀ ਆ ਥੋੜ੍ਹੀ ਜਿਹੀ ਕਾਲੇ ਪੰਜ ਵੀ ਇਹ ਹੈਗੀ ਨਾ ਤਿੰਨ ਇਹਨਾਂ ਦੇ ਵੀ ਅੰਦਰ ਬੈੱਡ ਲੱਗਾ ਹੋਇਆ ਮੰਜਾ ਇਹਨਾਂ ਦੇ ਰਹਿਣ ਬਹਿਣ ਨੂੰ ਖਾਣ ਪੀਣ ਦਾ ਧਿਆਨ ਬਹੁਤ ਜ਼ਿਆਦਾ ਰੱਖਿਆ ਜਾਂਦਾ ਸੰਤਾਂ ਵੱਲੋਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਉੱਥੇ ਜਿਹੜਾ ਛਤਰ ਮੁਰਗਾ ਸੀ ਉਹ ਸਿੰਗਲ ਸੀਗਾ ਇੱਥੇ ਦੋ ਆ ਇਹ ਬੈਠਾ ਹੋਇਆ ਇਸ ਟਾਈਮ ਤਾਂ ਵੀ ਕਿੱਡਾ ਲੱਗ ਰਿਹਾ ਵਾ ਜੇ ਖੜਾ ਹੋਵੇ ਤਾਂ ਉਹ ਕਿੰਨਾ ਛੇ ਫੁੱਟ ਤੇ ਕਹਿੰਦੀ ਧੁਰ ਜਾਂਦੀ ਆ ਇਹ ਜਿਹੜਾ ਜੋੜਾ ਵਾ ਇਹਨੂੰ ਅਲੱਗ ਤੋਂ ਰੱਖਿਆ ਗਿਆ ਵਾ ਇਹ ਚੀਜ਼ ਨੂੰ ਅਲੱਗ ਤੋਂ ਰੱਖਿਆ ਗਿਆ ਵਾ ਸ਼ਾਇਦ ਇਹਨਾਂ ਲੜਾਈ ਲੜੂਈ ਹੁੰਦੀ ਇਹਨਾਂ ਦੇ ਆਪਸ ਦੇ ਵਿੱਚ ਕੋਈ ਨਾ ਕੋਈ ਇਸ ਕਰਕੇ ਇਹਨਾਂ ਦੋਨਾਂ ਨੂੰ ਅੱਡ ਉਹ ਇੱਕ ਪੀਸ ਅੱਡ ਰੱਖਿਆ ਗਿਆ ਵਾ ਹੁਣ ਚੱਲਦੇ ਹਾਂ ਅਗਲੀ ਚੀਜ਼ ਵੱਲ ਦੋਸਤੋ ਤੁਸੀਂ ਦੇਖ ਸਕਦੇ ਹੋ ਇੱਧਰ ਇੱਕ ਜਿਹੜੀ ਇਹ ਵੀ ਚੀਜ਼ ਬਣਾਈ ਗਈ ਆ ਇਹ ਹੱਥ ਮਿਲਾਉਂਦਾ ਵਾ ਹਾਂ ਜੀ ਕਿਵੇਂ ਫੇਰਾ ਇਹ ਹੱਥ ਮਿਲਾਉਂਦਾ ਵਾ ਇਹ ਤੁਸੀਂ ਇੱਕ ਤੁਹਾਨੂੰ ਹੋਰ ਚੀਜ਼ ਬਹੁਤ ਜ਼ਿਆਦਾ ਦਿਖਾਉਂਦੇ ਆ ਇੱਧਰ ਦੇਖੋ ਤੁਸੀਂ ਇਹ ਬਣਿਆ ਹੋਇਆ ਸੱਪ ਬਣਿਆ ਹੋਇਆ ਇੱਥੇ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਇੱਕ ਤਾਂ ਸੱਪ ਬਣਾਇਆ ਗਿਆ ਬਹੁਤ ਵੱਡਾ ਜਿਹੜੇ ਬਾਂਦਰ ਨੂੰ ਆਪਦੀ ਲਵੇੜ ਦੇ ਵਿੱਚ ਲੈ ਲਿਆ ਇਹਨੂੰ ਖਾਣ ਦੀ ਕੋਸ਼ਿਸ਼ ਕਰਦਾ ਇਹ ਵੀ ਚੀਜ਼ ਦਿਖਾਈ ਗਈ ਆ ਉਹਦਾ ਕੋਈ ਮੀਨਿੰਗ ਵੀ ਹੋਊਗਾ ਮਤਲਬ ਹਨਾ ਪਤਾ ਇਹ ਵੀ ਬਹੁਤ ਵਧੀਆ ਵਾ ਸੱਪ ਬਣਾਇਆ ਜਿਹੜਾ ਇੱਥੇ ਆਹ ਮੰਕੀ ਬਣਾਇਆ ਹਾਂ ਵੀ ਕਿਵੇਂ ਸੱਪਾ ਠੀਕ ਆ ਤੂੰ ਸੱਪ ਆ ਪੂਰਾ ਇਹਨੂੰ ਖਾਣ ਦੀ ਤਿਆਰੀ ਚਾਹ ਚੱਲ ਹੈ ਤਾਂ ਵੈਸੇ ਮਾਰੀ ਗੱਲ ਹਾਂਜੀ ਦੋਸਤੋ ਹੁਣ ਆਪਾਂ ਜਿਹੜੀ ਆਹ ਚੀਜ਼ ਆ ਇਹ ਮੇਰੇ ਸਾਹਮਣੇ ਮੁਰਗੀ ਲੱਗਦੇ ਆ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੈਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਆ ਕਿਹੜੇ ਕਿਹੜੇ ਨਾਂ ਇਹਨਾਂ ਦੇ ਕੀ ਆ ਮੈਂ ਤਾਂ ਸਿਰਫ ਦਿਖਾ ਸਕਦਾ ਵਾਂ ਠੀਕ ਆ ਇਹ ਵੀ ਕੋਈ ਮੁਰਗਿਆਂ ਦੀ ਨਸਲ ਹੀ ਲੱਗਦੀ ਆ ਮੈਨੂੰ ਤਾਂ ਨਾਲ ਇਹਨਾਂ ਦੇ ਬੱਚੇ ਆ ਨਾਲ ਹੀ ਲੱਕੇ ਕਬੂਤਰ ਆ ਇਹ ਲੱਕੇ ਕਬੂਤਰ ਜਿਹੜੇ ਇਹ ਬਹੁਤ ਪਿਆਰੇ ਆ ਇੱਥੇ ਕਾਲੇ ਰੰਗ ਦਾ ਕਬੂਤਰ ਆ ਨਿੱਕੇ ਨਿੱਕੇ ਬੱਚੇ ਆ ਨਾਲ ਇਹਨਾਂ ਦੇ ਇਹ ਵੀ ਆਪਣਾ ਦਾਣਾ ਪਾਣੀ ਚੁੱਕ ਰਹੇ ਆ ਇਸ ਟਾਈਮ ਆਹ ਬੱਚੇ ਦਿਖਾ ਬੱਚੇ ਆ ਨਿੱਕੇ ਨਿੱਕੇ ਨਾਲ ਆਵੇ ਓਏ ਕੜਤੀ ਵਾ ਜਿਹੜੇ ਆਵੇ ਉਹ ਮੁਰਗੇ ਦਿਖਾ ਦੂਜੇ ਪਰਲੇ ਪਾਸੇ ਜਿਹੜੇ ਆਹ ਮੁਰਗੇ ਆ ਇਹ ਮੁਰਗੇ ਬੜੇ ਸੋਹਣੇ ਆ ਬਈ ਇਹਨਾਂ ਦਾ ਮੂੰਹ ਹੀ ਨਹੀਂ ਜਿੰਦਾ ਅੱਖਾਂ ਨਹੀਂ ਜਿੰਦੀਆਂ ਇਹਨਾਂ ਦੀਆਂ ਜਿਹੜੀਆਂ ਅੱਖਾਂ ਇਹਨਾਂ ਦੀਆਂ ਉਹ ਇਹਨਾਂ ਦੇ ਵਾਲਾਂ ਦੇ ਵਿੱਚ ਲੁਕੀਆਂ ਹੋਈਆਂ ਵਾ ਇਹ ਵੀ ਕੈਸਾ ਵਾ ਸਿਰ ਦੇ ਉੱਪਰ ਕੋਈ ਫੁੱਲ ਵਾਂਗੂ ਕੁਛ ਬਣਿਆ ਹੋਇਆ ਇਹਨਾਂ ਦੇ ਬਹੁਤ ਸੋਹਣਾ ਮਤਲਬ ਪਿਆਰਾ ਮੁਰਗਾ ਇਹ ਵੀ ਇੱਕ ਉਸ ਤੋਂ ਬਾਅਦ ਆ ਜਾਂਦਾ ਆਹ ਵੀ ਮੁਰਗਾ ਹੀ ਆ ਇਹ ਚਿੱਟਾ ਮੁਰਗਾ ਜਿਵੇਂ ਕਹਿੰਦੇ ਨੇ ਬਿਲਕੁਲ ਚਿੱਟਾ ਮੁਰਗਾ ਅਤੇ ਇਹ ਵੀ ਬਹੁਤ ਪਿਆਰਾ ਮੁਰਗਾ ਇਹ ਨਿੱਕਾ ਜਿਹਾ ਹੈਗਾ ਉਹਦੀ ਸਾਈਡ ਦੇ ਵਿੱਚ ਕਬੂਤਰ ਵਾਂਗੂ ਆ ਜਿਵੇਂ ਕਬੂਤਰ ਦੀ ਨਸਲ 'ਚ ਹੁੰਦਾ ਕੁਛ ਇਹੋ ਜਿਹਾ ਮੁਰਗਾ ਇੱਕ ਪਿਓਰ ਕਾਲਾ ਵਾ ਅਤੇ ਬਾਕੀ ਸਾਰੇ ਚਿੱਟੇ ਆ ਕਲਰ ਇਹਨਾਂ ਦਾ ਜਿਹੜੇ ਵਾਲ ਇਹਨਾਂ ਦੇ ਐਂ ਜਿਵੇਂ ਕੋਟਨ ਹੁੰਦੀ ਹੈ ਜਿਵੇਂ ਕੋਟਨ ਵਾਂਗੂ ਕੁਛ ਇਹ ਵੀ ਇੱਕ ਬਰੀਡ ਆ ਇਹ ਵੀ ਬਹੁਤ ਵਧੀਆ ਲੱਗੇ ਸਾਨੂੰ ਅਤੇ ਆਹ ਖਾਲੀ ਆ ਇੱਧਰ ਫਿਰ ਮੁਰਗੀ ਆ ਜਾਂਦੇ ਆ ਇਹ ਨਿੱਕੇ ਨਿੱਕੇ ਮੁਰਗੇ ਆ ਵੇ ਬੈਠੇ ਤਾਂ ਧੁੱਪ ਸੇਕਦੇ ਇਹਨਾਂ ਦਾ ਸਾਈਜ਼ ਬਿਲਕੁਲ ਹੀ ਨਿੱਕਾ ਵਾ ਜਿਵੇਂ ਕਹਿ ਲਈਏ ਹੈਗਾ ਮੁਰਗਾ ਹੀ ਇਹਦਾ ਸਾਈਜ਼ ਬਹੁਤ ਜ਼ਿਆਦਾ ਨਿੱਕਾ ਵਾ ਉਹ ਕਾ ਦੋ ਆ ਜਿਹੜੇ ਉਹ ਵੱਡੇ ਆ ਦੋ ਤਿੰਨ ਬਾਕੀ ਇਹਦੇ ਤਾਂ ਇੱਧਰ ਦੇਖ ਸਕਦੇ ਹੋ ਤੁਸੀਂ ਇਹਨਾਂ ਦਾ ਸਾਈਜ਼ ਬਿਲਕੁਲ ਨਿੱਕਾ ਵਾ ਇਹ ਐਡਾ ਕਿ ਮੇਰੇ ਸਾਹਮਣੇ ਰਹਿੰਦਾ ਖਣੀ ਉੱਪਰ ਬੈਠੇ ਆ ਕਾਫੀ ਉੱਧਰ ਬੈਠੇ ਹੋਏ ਆ ਇਹ ਵੀ ਬਹੁਤ ਜ਼ਿਆਦਾ ਮਤਲਬ ਇੱਥੇ ਪੰਛੀ ਜਿਹੜੇ ਸਾਰੇ ਰੱਖੇ ਜਾਂਦੇ ਨੇ ਟੋਟਲ ਹੀ ਪੰਛੀ ਆ ਇੱਥੇ ਕੁਛ ਵੀ ਤੁਸੀਂ ਦੇਖ ਸਕਦੇ ਹੋ ਇੱਥੇ ਆ ਕੇ ਕਿਤੇ ਤੁਸੀਂ ਆ ਕੇ ਗੁਰੂ ਮਹਾਰਾਜ ਦਰਸ਼ਨ ਵੀ ਕਰ ਸਕਦੇ ਹੋ ਅਤੇ ਆਪਦੇ ਜਿਹੜੇ ਪੰਛੀ ਆਪਦੇ ਬੱਚਿਆਂ ਨੂੰ ਤੁਸੀਂ ਉਹ ਵੀ ਦਿਖਾ ਸਕਦੇ ਹੋ ਕਿਹੜੇ ਕਿਹੜੇ ਪੰਛੀ ਕੀ ਕਿਵੇਂ ਕਿਵੇਂ ਹੁੰਦੇ ਹੈ ਨਾ
ਸਭ ਕੁਛ ਤੁਸੀਂ ਇੱਥੇ ਦੇਖ ਸਕਦੇ ਹੋ। ਅਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਹੈ ਕੰਡਿਆਲ, ਇੱਥੇ ਤੁਸੀਂ ਜ਼ਰੂਰ ਆਇਓ ਇੱਕ ਵਾਰੀ ਮਹਾਂਪੁਰਸ਼ਾਂ ਦੇ ਗੁਰਦੁਆਰੇ, ਇੱਕ ਵਾਰੀ ਇੱਥੇ ਆ ਕੇ ਆਪਦੇ ਆਪ ਨੂੰ ਫਾਇਰ ਜ਼ਰੂਰ ਲਵਾਇਓ। ਅਤੇ ਹੁਣ ਚੱਲਦੇ ਹਾਂ ਆਪਾਂ ਗਾਂ, ਜਿਹੜੀਆਂ ਚੀਜ਼ਾਂ ਕੁਛ ਰਹਿ ਗਈਆਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਆਪਾਂ। ਇਹ ਹਿਰਨ ਅਤੇ ਰੋਜ਼ ਜਿਹੜੇ ਹੈਗੇ ਆ ਤੁਹਾਨੂੰ ਉਹ ਦਿਖਾਉਣੇ ਹੁਣ ਆਪਾਂ। ਇਹ ਆਹ ਦੇਖ ਸਕਦੇ ਤੁਸੀਂ, ਇਹ ਦੋ ਆਏ ਵੀ ਰੋ, ਇਹ ਇੱਕ ਹਿਰਨ ਆ ਇਹਦੇ 'ਚ ਮੇਰੇ ਹਿਸਾਬ ਨਾਲ, ਕਣੀ ਦੋਨੋਂ ਹੀ ਹੈਰਨਾ ਕੁਛ ਲਗਭਗ ਇਹੋ ਜਿਹਾ ਕੁਛ ਹੀ ਆ। ਇਹ ਪੱਠੇ ਖਾਂਦੇ ਆ ਇਸ ਟਾਈਮ, ਇਹ ਸੇਵਾਦਾਰ ਜਿਹੜੇ ਭਰਾ ਵਾ ਉਹਨਾਂ ਵੱਲੋਂ ਇਹਨਾਂ ਨੂੰ ਪੱਠੇ ਪਾਏ ਗਏ ਆ। ਹੁਣ ਇਹ ਪੱਠੇ ਖਾਣਗੇ ਆਪਦੇ ਅਤੇ ਪਾਣੀ ਪੂਣੀ ਪੀਣਗੇ, ਉਸ ਤੋਂ ਬਾਅਦ ਫਿਰ ਆ ਜਾਂਦੇ ਅੰਦਰ ਆਪਣੇ। ਆਹ ਚੀਜ਼ ਦੇਖੋ ਤੁਸੀਂ, ਜ਼ਿਆਦਾ ਮੈਨੂੰ ਬਾਹਲੀ ਚੀਜ਼ ਵਧੀਆ ਲੱਗੀ ਆ। ਇਹ ਦੇਖੋ ਜਿਹੜਾ ਹਾਂ, ਇਹ ਮੁਰਗਾ ਹੈਗਾ ਤਾਂ, ਇਹ ਮੁਰਗੇ ਦੀ ਨਸਲ ਹੀ ਆ ਕੋਈ। ਇਹ ਬੋਣਾ ਬਿਲਕੁਲ, ਲੱਤਾਂ ਇਹਦੀਆਂ ਜਮ੍ਹਾਂ ਛੋਟੀਆਂ ਵੀ, ਜਿਵੇਂ ਕਹਿ ਲਏ ਆਪਾਂ ਵੱਧ ਤੋਂ ਵੱਧ 1 ਇੰਚੀ ਦੀ ਲੱਤ ਹੈ ਇਹਦੀ ਬਸ, ਇੱਡਾ ਕਿ ਬੋਣਾ ਹੈ ਥੋੜ੍ਹਾ ਜਿਹਾ। ਇਹ ਵੀ 1 ਕਿਸਮ ਆ। ਅਤੇ ਉਸ ਤੋਂ ਬਾਅਦ ਆਹ ਮੁਰਗਾ, ਇਹ ਉਹੀ ਜਿਹੜਾ ਆਪਾਂ ਪਿੱਛੇ ਦੇਖ ਕੇ ਆਏ ਹਾਂ ਮੁਰਗਾ, ਉਹ ਚੀਜ਼ ਆ ਇਹ। ਇੱਕ ਇਹਦੇ ਨਾਲ ਇਹ ਮੇਲ ਫੀਮੇਲ ਦੋਨਾਂ ਦਾ ਬਣਾਇਆ ਹੋਇਆ ਵਾ। ਅਤੇ ਇੱਕ ਆਹ ਮੁਰਗਾ ਤੁਸੀਂ ਦੇਖ ਸਕਦੇ ਹੋ, ਇਹ ਵੀ ਬਹੁਤ ਹੀ ਪਿਆਰਾ ਮੁਰਗਾ। ਇਹ ਅਲੱਗ ਹੀ ਨਹੀਂ ਰਿਹਾ ਵੀ ਮੁਰਗਾ ਹੋਵੇ ਤਾਂ, ਐਂ ਲੱਗਦਾ ਜਿਵੇਂ ਇੱਕ ਨਿੱਕਾ ਜਿਹਾ ਜਿਵੇਂ ਇੱਕ ਡੋਗ ਹੋਵੇ ਪਿਆਰਾ ਜਿਹਾ। ਇਹਦੀ ਜੱਤ ਬਹੁਤ ਜ਼ਿਆਦਾ ਵਾ, ਇਹਦੇ ਨਾਲ ਵੀ ਦੋ ਇਹ ਨਰ ਮਾਦਾ ਦੋਨੇ ਛੱਡੇ ਹੋਏ ਆ। ਅਤੇ ਇਹਨਾਂ ਦੇ ਵੀ ਆਂਡੇ ਉਂਡੇ ਉੱਧਰ ਰੱਖੇ ਹੋਏ ਆ, ਇਹਦਾ ਬਰੀਡਿੰਗ ਕਰਦੇ ਆ, ਮਤਲਬ ਹੈ ਨਾ ਜਿਵੇਂ ਗਾਂ ਇਹਦੀ ਬਰੀਡਿੰਗ ਵੱਧਦੀ ਆ ਫਿਰ ਇਸ ਹਿਸਾਬ ਨਾਲ ਹੀ ਸਭ ਕੁਛ ਸੈਟਅਪ ਕੀਤਾ ਹੋਇਆ ਸੰਤਾਂ ਵੱਲੋਂ ਇਹ। ਅਤੇ ਹਾਂਜੀ ਦੋਸਤੋ, ਤੁਹਾਨੂੰ ਅਸੀਂ ਸਾਰੇ ਜਿੰਨੇ ਵੀ ਪੰਛੀ ਆ ਸਾਰੇ ਦਿਖਾਏ ਆ। ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗਦੀ ਆ, ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ। ਅਤੇ ਵੱਧ ਤੋਂ ਵੱਧ ਤੁਸੀਂ ਵੀ ਇੱਥੇ ਮੋਗੇ ਜ਼ਿਲ੍ਹੇ ਦੇ ਪਿੰਡ ਕੰਡਿਆਲ ਵਿਖੇ ਆਇਓ, ਇਹ ਚੀਜ਼ ਨੂੰ ਆ ਕੇ ਜ਼ਰੂਰ ਦੇਖਿਓ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।